ਬਲਬੀਰ ਸਿੰਘ ਬਾਦਲ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਜਿਸ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਲਈ ਜੋ ਕਿ ਹਰ ਪ੍ਰਭਾਵਿਤ ਨੇ ਉਹਨਾਂ ਲਈ ਹਰ ਪ੍ਰਕਾਰ ਦੀ ਮਦਦ ਲਈ ਕਹਿ ਰਹੇ ਨੇ। ਪੋਸਟ ਨੂੰ ਕੁਝ ਐਦਾਂ ਕਿਹਾ ਗਿਆ। ਹੁਣੀ ਖਬਰ ਆਈ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਰਸਾਤ ਕਾਰਨ ਤੇ ਭਾਖੜਾ ਡੈਮ ਦੇ ਗੇਟ ਖੁੱਲਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਪਹੁੰਚ ਗਿਆ, ਫਲੱਡਸ ਆ ਗਿਆ। ਰੋਪੜ ਜ਼ਿਲ੍ਹਾ, ਨਵਾਂਸ਼ਹਿਰ ਜ਼ਿਲ੍ਹਾ, ਜਲੰਧਰ ਤੇ ਲੁਧਿਆਣਾ ਤੇ ਮੋਗਾ ਏਰੀਏ 'ਚ ਕਈ ਪਿੰਡਾਂ 'ਚ ਪਾਣੀ ਆ ਗਿਆ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਜਿੱਥੇ ਪਿੰਡਾਂ ਵਿੱਚ ਪਾਣੀ ਆ ਗਿਆ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੋ, ਉਹਨਾਂ ਨੂੰ ਹਰ ਕਿਸਮ ਦੀ ਲੋੜ ਜੋ ਹੋਏ ਪੂਰੀ ਕਰੋ। ਜੇ ਕੋਈ ਸਿਚੁਏਸ਼ਨ ਜ਼ਿਆਦਾ ਗੰਭੀਰ ਹੁੰਦੀ ਹੈ ਤੁਸੀਂ ਮੈਨੂੰ ਇਨਫੋਰਮ ਵੀ ਕਰੋ, ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰੋ। ਅਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਟੈਲੀਫੋਨ ਕੀਤਾ ਅਤੇ ਮੈਂ ਸਾਰੇ AGPC ਮੈਂਬਰਾਂ ਨੂੰ ਵੀ ਕਹਿੰਦਾ ਉਸ ਇਲਾਕੇ ਦੇ ਜਿੱਥੇ ਇੱਥੇ ਆਪਣੇ ਗੁਰੂ ਘਰ ਹੈ ਉੱਥੇ ਲੰਗਰ ਦਾ ਵੀ ਇੰਤਜ਼ਾਮ ਕਰੋ। ਸੈਨਿਕਾਂ ਜੇ ਘਰ ਨਹੀਂ ਰਹਿ ਸਕਦੀਆਂ ਉਹਨਾਂ ਨੂੰ ਆਪਣੇ ਗੁਰੂ ਘਰਾਂ 'ਚ ਲੈ ਕੇ ਉੱਥੇ ਸਾਰਿਆਂ ਦਾ ਇੰਤਜ਼ਾਮ ਕਰੋ। ਆਹ ਬਹੁਤ ਵੱਡਾ ਮਸਲਾ ਮੁਸ਼ਕਿਲ ਆਪਣੇ ਪੰਜਾਬੀਆਂ ਨੂੰ ਆ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈ ਗਿਆ ਅਤੇ ਫਲੱਡਸ ਕਰਕੇ ਹਾਲਾਤ ਤਾਂ ਵਿਗੜ ਗਈ ਹੈ। ਅਫਸੋਸ ਇਸ ਗੱਲ ਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹਦੀ ਇਹ ਜ਼ਿੰਮੇਵਾਰੀ ਹੈ ਹਲੇ ਵੀ ਸੁੱਤਾ ਪਿਆ ਹੈ। ਆਹ ਕੰਮ ਪਹਿਲੇ ਹੋਣੇ ਚਾਹੀਦੇ ਸੀ, ਸਾਰੀ ਅਰੇਂਜਮੈਂਟਸ ਪਹਿਲੇ ਹੋਣੀ ਚਾਹੀਦੀ ਸੀ, ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਤੱਕ ਕੋਈ ਅਰੇਂਜਮੈਂਟ ਨਹੀਂ ਹੋਈ। ਤਾਂ ਹੁਣ ਆਪਾਂ ਸਾਰੇ ਰਲ ਮਿਲ ਕੇ ਆਪਾਂ ਮਦਦ ਕਰੀਏ ਅਤੇ ਜਿਸ ਨੂੰ ਵੀ ਕੋਈ ਲੋੜ ਹੈ ਹਰ ਕਿਸਮ ਦੀ ਲੋੜ ਆਪਾਂ ਪੂਰੀ ਕਰੀਏ। ਭਾਰੀ ਮੀਂਹ ਅਤੇ ਖਤਰੇ ਦੇ ਨਿਸ਼ਾਨ ਨੇੜੇ ਪਹੁੰਚੇ ਪਾਣੀ ਕਾਰਨ ਭਾਖੜਾ ਡੈਮ ਦੇ ਗੇਟ ਖੋਲ੍ਹੇ ਜਾਣ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਨੇ। ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਹਾਲਾਤਾਂ ਲਈ ਸੂਬਾ ਸਰਕਾਰ ਨੂੰ ਪਹਿਲਾਂ ਤੋਂ ਤਿਆਰੀ ਰੱਖਣੀ ਚਾਹੀਦੀ ਸੀ, ਪਰ ਸਰਕਾਰ ਆਪਣੇ ਲੋਕਾਂ ਵਿੱਚੋਂ ਹਮੇਸ਼ਾ ਦੀ ਤਰ੍ਹਾਂ ਨਾ ਡਰਦਾ ਹੈ। ਪੰਜਾਬ ਤੇ ਪੰਜਾਬ ਦੇ ਲੋਕਾਂ ਪ੍ਰਤੀ ਆਪਣੇ ਸਮਰਪਣ ਤੇ ਪ੍ਰਣ ਉੱਤੇ ਪਹਿਰਾ ਦਿੰਦੇ ਹੋਏ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਅਤੇ ਲੀਡਰ ਸਾਹਿਬਾਨਾਂ ਨੂੰ ਇਸ ਮੁਸ਼ਕਿਲ ਘੜੀ ਵਿੱਚ ਪੰਜਾਬ ਦੇ ਲੋਕਾਂ ਲਈ ਹਰ ਸੇਵਾ ਲਈ ਹਾਜ਼ਰ ਰਹਿਣ ਦੀ ਅਪੀਲ ਕਰਦਾ ਹਾਂ ਤੇ ਮੈਂ ਖੁਦ ਵੀ ਹਰ ਤਰ੍ਹਾਂ ਦੀ ਮਦਦ ਲਈ ਹਰ ਪਲ ਹਾਜ਼ਰ ਹਾਂ। ਅਸੀਂ ਸਭ ਮਿਲ ਕੇ ਯਕੀਨੀ ਬਣਾਵਾਂਗੇ ਕਿ ਸਰਕਾਰ ਦੇ ਅਵੇਸਲੇਪਣ ਦਾ ਖਮਿਆਜ਼ਾ ਆਮ ਲੋਕਾਂ ਨੂੰ ਨਾ ਭੁਗਤਣਾ ਪਵੇ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ।